ਗੁਰਮੁਖ ਪਿਆਰਿਓ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਾਂਗੇ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਉਹਨਾਂ ਦਾ ਜਿਹੜਾ ਰਿਵਰਸ ਮਾਈਗ੍ਰੇਸ਼ਨ ਹੋ ਚੁੱਕਿਆ ਆ ਤੇ ਉਹਨਾਂ ਨੇ ਆਪਣੇ ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠ ਰਹੇ ਸੀ ਉਹਨਾਂ ਦਾ ਜਵਾਬ ਦਿੱਤਾ ਸੋ ਬੇਨਤੀਆਂ ਆਪਾਂ ਜਰੂਰ ਸਾਂਝੀਆਂ ਕਰਾਂਗੇ ਸਾਰੇ ਜਾਣੇ ਨਾਲ ਜੁੜੇ ਰਹੋ ਫਤਿਹ ਬਲਾਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਤੁਹਾਨੂੰ ਪਤਾ ਹੈ ਕਿ ਕੱਲ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਆਨੰਦ ਕਾਰਜ ਉਹਨਾਂ ਦੇ ਹੋ ਚੁੱਕੇ ਨੇ ਭਾਈ ਸਾਹਿਬ ਬੀਬੀ ਕਿਰਨਦੀਪ ਕੌਰ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਹੋਏ ਨੇ ਭਾਈ ਸਾਹਿਬ ਦੇ ਬੜੇ ਹੀ ਸਾਦੇ ਤਰੀਕੇ ਦੇ ਨਾਲ ਇਹ ਵਿਆਹ ਹੋਇਆ ਸਾਨੂੰ ਸੁਨੇਹਾ ਦਿੱਤਾ ਗਿਆ ਕਿ ਭਾਈ ਬਚ ਜੋ ਖਰਚਿਆਂ ਤੋਂ ਲੋੜ ਨਹੀਂ ਬਹੁਤੇ ਖਰਚਿਆਂ ਦੀ ਜੇ ਖਰਚੇ ਕਰੋਗੇ ਤੇ ਯਾਦ ਰੱਖੋ ਕਰਜ਼ਾਈ ਫਿਰ ਤੁਸੀਂ ਹੋਣਾ ਆ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਇੱਕ ਹੋਕਾ ਵੀ ਦਿੱਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਮਰਿਤਪਾਲ ਸਿੰਘ ਕੋਲ ਕਿਹੜੀ ਚੀਜ਼ ਦਾ ਘਟ ਹੈ ਜਾਂ ਫਿਰ ਅਮਰਿਤਪਾਲ ਸਿੰਘ ਕਿਹੜੀ ਚੀਜ਼ ਤੋਂ ਵਾਕਫੀयत ਨਹੀਂ ਰੱਖਦੇ ਉਹ ਕਰਨ ਨੂੰ ਆਪਣਾ ਵਿਆਹ ਵੱਡੇ ਵਧੀਆ ਤਰੀਕੇ ਨਾਲ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਨੌਜਵਾਨੀ ਨੂੰ ਉਹਨਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਬੰਦਾ ਕਰਨ ਤੇ ਆਵੇ ਤੇ ਕੀ ਕੁਝ ਨਹੀਂ ਹੋ ਸਕਦਾ ਜੇ ਵਿਆਹ ਕਰਨ ਤੇ ਆਵੇ ਤੇ ਸਾਦੇ ਤਰੀਕੇ ਨਾਲ ਵੀ ਹੋ ਸਕਦਾ ਹੈ ਕਈ ਲੋਕਾਂ ਨੇ ਬੜੇ ਸਵਾਲ ਉਠਾਏ ਜੀ ਇਹਨਾਂ ਦੇ ਘਰ ਵਾਲੀ ਯੂਕੇ ਦੀ ਰਹਿਣ ਵਾਲੀ ਹੈ ਜੀ ਤਾਂ ਹੁਣ ਬਾਹਰ ਚੱਲੇ ਜਾਣਗੇ ਇਹ ਤਾਂ ਆਏ ਹੋ ਜਾਣਗੇ ਪਰ ਉਹਨਾਂ ਨੇ ਇੱਕ ਸਵਾਲ ਦਾ ਜਵਾਬ ਇੱਕ ਟੁਕ ਚ ਹੀ ਦਿੱਤਾ ਰੀਵਰਸ ਮਾਈਗ੍ਰੇਸ਼ਨ ਸਾਡਾ ਮੁੜ ਤੋਂ ਪ੍ਰਵਾਸ ਹੋ ਗਿਆ ਇੱਥੇ ਹੀ ਰਵਾਂਗੇ ਮੈਂ ਤੇ ਮੇਰੀ ਸਿੰਘਣੀ ਪੰਜਾਬ ਦੇ ਵਿੱਚ ਹੀ ਰਹਿਾਂਗੇ ਤੇ ਪੰਜਾਬ ਨੂੰ ਛੱਡ ਕੇ ਨਹੀਂ ਜਾਵਾਂਗੇ ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਰੇ ਸੀ ਉਹਨਾਂ ਨੂੰ ਹੁਣ ਸਵਾਲ ਪੁੱਛਿਓ ਕਿ ਹੁਣ ਤੁਸੀਂ ਕੀ ਕਹੋਗੇ ਇਹ ਤਾਂ ਜੀ ਵਜੂਕ ਕੇ ਚਲੇ ਜਾਣਗੇ ਜੀ ਇਹ ਤਾਂ ਜੀ ਕੌਮ ਦੀਆਂ ਜ਼ਿੰਮੇਵਾਰੀਆਂ ਨੂੰ ਭੁਲਾ ਦੇਣਗੇ ਜੀ ਇਹ ਤਾਂ ਪਹਿਲਾਂ ਹੀ ਕਿਹਾ ਸੀ ਜੀ ਅਸੀਂ ਨੇ ਇਹ ਬੰਦੇ ਪੰਥ ਦੇ ਲਾਇਕ ਨਹੀਂ ਹੈਗੇ ਜੀ ਆਏ ਨਹੀਂ ਹੈਗੇ ਜੀ ਬੜੇ ਲੋਕਾਂ ਨੇ ਸਵਾਲ ਕੀਤੇ ਉਹ ਲੋਕਾਂ ਨੇ ਜਿਹੜੇ ਲੋਕਾਂ ਨੇ ਜਿਨ੍ਹਾਂ ਦੀ ਆਪ ਦੀ ਘਰੇ ਪੁੱਛ ਨਹੀਂ ਹੈਗੀ ਤੇ ਉਹਨਾਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕੀਤੇ ਪੰਥ ਨੂੰ ਪੰਥ ਨੂੰ ਸਵਾਲ ਕੀਤੇ ਉਹਨਾਂ ਲੋਕਾਂ ਨੇ ਉਹ ਲੋਕ ਜਿਹੜੇ ਲੋਕ ਅਮਰਤਪਾਲ ਸਿੰਘ ਨੂੰ ਮਾੜਾ ਬੋਲਦੇ ਸੀ ਤੇ ਜਾਂ ਫਿਰ ਜਿਨ੍ਹਾਂ ਨੇ ਸਿੱਖੀ ਦੀ ਖਲਾਫੀਅਤ ਕੀਤੀ ਹੈ ਹੁਣ ਮਿਲ ਗਿਆ ਜਵਾਬ ਕਿ ਉਹ ਪੰਜਾਬ ਛੱਡ ਕੇ ਨਹੀਂ ਜਾਣਗੇ ਇੱਥੇ ਹੀ ਰਹਿਣਗੇ ਉਹ ਇੱਥੇ ਹੀ ਰਹਿ ਕੇ ਕੌਮ ਦੀਆਂ ਜ਼ਿੰਮੇਵਾਰੀਆਂ ਖਾਲਸਾ ਵਹਿੀਰ ਨੂੰ ਚਲਾਉਣਗੇ ਔਰ ਜ਼ਿੰਮੇਵਾਰੀਆਂ ਜੋ ਨੇ ਸੰਗਤ ਨੇ ਉਹਨਾਂ ਦਿੱਤੀਆਂ ਨੇਠੀ ਰਹਿਣਗੇ ਤੇ ਉਹਨਾਂ ਦੀ ਸਿੰਘਣੀ ਵੀ ਸਿੱਖੀ ਦੇ ਕਾਰਜਾਂ ਦੇ ਵਿੱਚ ਕੰਮ ਕਰੇਗੀ ਸੋ ਇਹ ਜਵਾਬ ਸੀ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਸਵਾਲਵਾਜ਼ੀਆਂ ਕਰਕੇ ਅੰਮ੍ਰਿਤਪਾਲ ਸਿੰਘ ਦੇ ਉੱਪਰ ਇਲਜ਼ਾਮ ਲਾਏ ਔਰ ਸਾਦਾ ਵਿਆਹ ਕਰਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਜਿਸ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਸੋ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ